ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲੇ ਜੱਟ ਚੈਨਲ ਵਿੱਚ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਕਰਦੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਅਤੇ ਉਸ ਤੋਂ ਪਹਿਲਾਂ ਫਰੈਂਡ ਜੀ, ਤੁਸੀਂ ਸਾਡੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਅਤੇ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਤੇ ਅੱਜ ਚੱਲੀਏ ਜੀ, ਕਰਦੇ ਹਾਂ ਸ਼ੁਰੂਆਤ। ਪਿੰਡ ਯੋਗੀਪੁਰ ਪੰਚਾਇਤ ਨੇ ਕਬਜ਼ਾ ਲਿੱਤਾ ਜੀ ਪੰਚਾਇਤੀ ਜ਼ਮੀਨ 'ਤੇ। ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਅਤੇ ਆਹ ਕਬਜ਼ਾ ਲੈ ਰਹੇ ਨੇ। ਦਸ ਦਸ ਦੀ ਹੈਰੋ ਹੈ ਜੀ, 855 ਦੇ ਪਿੱਛੇ ਪਾ ਲਈਏ। ਟਰਾਇਲ ਦੇਖ ਰਹੇ ਖੇਤਾਂ ਦੇ ਵਿੱਚ, ਕਬਜ਼ਾ ਕੁਬਜ਼ਾ ਤਾਂ ਕਾਹਨੂੰ ਲੈਣੇ ਜੀ। 855 ਨਾਲ ਦਸ ਦਸ ਦੀ ਹੈਰੋ ਨਵੀਂ ਲੈ ਕੇ ਆਏ ਟਰਾਇਲ ਕਰਦੇ ਹੋਏ ਪਿੰਡ ਯੋਗੀਪੁਰ ਦੇ ਨੌਜਵਾਨ। ਸ਼ਾਮ ਹੋ ਗਈ, ਸੂਰਜ ਢਲ ਗਿਆ, 6:30 ਹੋ ਗਏ ਨੇ ਅਤੇ ਪੂਰਾ ਪਿੰਡ ਇਕੱਠਾ ਹੋਇਆ ਹੋਇਆ ਇੱਥੇ ਹੈਰੋ ਦਾ ਟਰਾਇਲ ਦੇਖਣ ਲਈ। ਤੁਸੀਂ ਦੇਖ ਸਕਦੇ ਹੋ ਪਿੰਡ ਯੋਗੀਪੁਰ ਦੇ ਨੌਜਵਾਨ ਗੱਭਰੂ ਵੀਰ ਆਇਆ ਹੋਇਆ ਹੈ। ਕਹਿੰਦੇ ਪ੍ਰਿੰਸ ਬੈਠਾ ਟਰੈਕਟਰ 'ਤੇ, ਪ੍ਰਿੰਸ ਕਹਿੰਦੇ ਹੈਰੋ ਦਾ ਦੂਰ ਕਰ ਰੱਖੀ ਆ ਟਰੈਕਟਰ ਨੇ। ਕਹਿੰਦੇ ਸਵਾਦ ਏ ਬਾਹਲਾ ਆਉਂਦਾ, ਦਸ ਦਸ ਦੀ ਹੈਰੋ ਪਾਈ ਹੋਈ ਆ, ਦਸ ਦਸ ਦੀ ਹੈਰੋ ਪਾਈ ਹੋਈ ਜੀ, ਦਸ ਦਸ ਦੀ। ਕਹਿੰਦੇ ਲੱਡੂ ਘਰੇ ਜਾ ਕੇ ਖਿਲਾਵਾਂਗੇ, ਡੱਬੇ ਆਏ ਪਏ ਨੇ 5-5 ਕਿਲੋ ਵਾਲੇ। ਕਹਿੰਦੇ ਮੁੰਡਾ ਚੋਬਰਾਂ ਦਾ ਸੀਨ ਮੁੰਡਾ ਜੀ, ਬਾਹਲਾ ਹੀ ਸੋਹਣਾ ਲਾ ਟਰੈਕਟਰ 'ਤੇ ਬੈਠਾ ਹੋਇਆ ਗੱਭਰੂ। ਵਾਹ ਜੀ ਵਾਹ, ਹੈਰੋ ਪੂਰੀ ਖੋਲ੍ਹੀ ਹੋਈ ਆ ਜੀ, ਆਹ ਦੇਖੋ ਦਸ ਦਸ ਦੀ ਹੈਰੋ। ਜੇ ਕਿਸੇ ਦਾ ਖੇਤ ਖੇਤ ਬਾਨ ਨੂੰ ਕਹਿ ਦਈਏ ਵੀ ਇੱਕ ਕਿਹੜਾ ਦੇ ਦੇ, ਸਾਹ ਸੁੱਕ ਜਾਂਦੇ ਨੇ। ਕਹਿੰਦੇ ਦੂਰ ਕਰ ਕਰਕੇ ਦੇਖ ਰਹੇ ਨੇ, ਦੂਰ ਕਰ ਕਰਕੇ ਪਿੰਡ ਯੋਗੀਪੁਰ ਦੇ ਨੌਜਵਾਨ ਜੀ। ਸ਼ਿਆਮ ਲਾਟ ਜ਼ਮੀਨ ਨੂੰ ਬੰਨ੍ਹਦੇ ਹੋਏ ਅਤੇ ਟਰਾਇਲ ਹੈਰੋ ਦਾ ਕਰਦੇ ਹੋਏ ਸਰਪੰਚ ਸਾਹਿਬ, ਪਿੰਡ ਦੇ ਸਰਪੰਚ ਸਾਹਿਬ ਜੀ, ਸਾਬਕਾ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ? ਵਧੀਆ ਜੀ, ਚਲੋ ਵਧੀਆ ਜੀ। ਐਤੀ ਸਰਪੰਚੀ ਫੇਰ ਦਵਾਉਣੀ ਆਪਾਂ ਨੇ ਜੀ ਬਾਬੇ ਦੀ ਕਿਰਪਾ ਨਾਲ, ਬੜਾ ਤਕੜਾ ਇਕੱਠ ਹੈ ਜੀ। ਸਾਰੇ ਟਰਾਇਲ ਦੇਖਣ ਆਏ ਹੋਏ ਨੇ ਪਿੰਡ ਯੋਗੀਪੁਰ ਦੇ ਨੌਜਵਾਨ। ਓਏ ਹੋਏ ਓਏ ਹੋਏ, ਕਹਿੰਦੇ ਲਾਟਾਂ ਕਢਾ ਰੱਖੀਆਂ, 854 ਲਾਟਾਂ ਕਢਾ ਰੱਖੀਆਂ ਨੇ। ਕਹਿੰਦਾ ਉਤਲੇ ਲੈਵਲ ਦੀ ਗੱਲਬਾਤ ਆ, ਕਹਿੰਦੇ ਆਲ ਪਿੰਡ ਯੋਗੀਪੁਰ ਇਕੱਠਾ ਹੋਇਆ, ਆਲ ਵਰਲਡ ਦਾ ਪਿੰਡ। ਕਹਿੰਦੇ ਆਲ ਛੜਿਆਂ ਦੇ ਨਾਲ ਲਿੰਕ ਨੇ ਸਾਡੇ, ਆਲ ਛੜਿਆਂ ਦੇ ਲਿੰਕ ਨੇ। ਛੜਿਆਂ ਦੇ ਪ੍ਰਧਾਨ ਵੀ ਖੜੇ ਨੇ ਇੱਥੇ, ਛੜੇ ਯੂਨੀਅਨ ਪ੍ਰਧਾਨ। ਨਾਂ ਨਹੀਂ ਲੈਣਾ ਵੀਰੇ, ਲੜਾਈ ਹੋ ਜੂਗੀ, ਡਾਂਗਾਂ ਚੱਲ ਪੈਣੀਆਂ ਨੇ ਮੇਰੇ ਵੀਰੇ, ਡਾਂਗਾਂ ਚੱਲ ਪੈਣੀਆਂ ਨੇ। ਚੱਕ ਦਾ ਕੰਮ ਜੀ, ਚੱਕ ਦਾ ਕੰਮ। ਕਹਿੰਦੇ ਲਾਟ ਕਢਾ ਜਿਹੜੀ ਜੀਭ ਕਢਾ ਦੀ, 800 ਜੀਭ ਮੇਰੇ ਵੀਰੇ, ਜੀਰਕ ਵਧਾ ਰਹੀ ਜੀਭ। ਕਹਿੰਦੇ ਗੱਭਰੂ ਪਿੱਛੇ ਮੁੜ ਮੁੜ ਕੇ ਦੇਖਦਾ ਪਿਆ। ਦਰਸ਼ਕ ਬਹੁਤ ਆ ਰਹੇ ਨੇ, ਦਰਸ਼ਕ ਜੀ ਦੇਖਣ। ਆਏ ਹਾਏ ਓਏ, ਆਏ ਹਾਏ, ਆਏ ਹਾਏ, ਸਵਾਦ ਆਉਂਦਾ ਪਿਆ ਪੂਰਾ ਸਵਾਦ ਮੇਰੇ ਵੀਰੇ। ਕਹਿੰਦੇ ਦਸ ਦਸ ਦੀ ਹੈਰੋ ਪੂਰੀ ਖੋ ਛੱਡੀ ਹੈ।
ਕਹਿੰਦੇ ਜ਼ੋਰ ਦੇਖ ਰਹੇ ਨੇ ਵੀ 855 ਦਾ ਜ਼ੋਰ ਕਹਿੰਦੇ ਕਾਹਨੂੰ ਦੱਬਦਾ ਝੋਟਾ ਟਰੈਕਟਰ ਹੈ ਮੇਰੇ ਵੀਰੇ ਝੋਟਾ ਟਰੈਕਟਰ ਇਹ ਕਿੱਥੇ ਦੱਬਦਾ ਜੀ ਕਹਿੰਦੇ ਘੋਟਾਂ ਭਰਦਾ ਡੀਜ਼ਲ ਦਾ ਘੋਟਾਂ ਭਰਦਾ ਘੋਟਾਂ ਮੇਰੇ ਵੀਰੇ ਘੋਟਾਂ ਕਹਿੰਦੇ ਢੋਲ ਦੇ ਢੋਲ ਖਾ ਜਾਂਦਾ ਢੋਲ ਦੇ ਢੋਲ ਦਰਸ਼ਕ ਪੂਰੇ ਖੁਸ਼ ਨੇ ਦਾਦੀ ਹੈਰੋਂ ਚਲਾ ਕੇ ਕਹਿੰਦੇ ਵੀ ਨਜ਼ਾਰਾ ਹੀ ਵਾਹਲਾ ਆਉਂਦਾ ਪਿਆ ਕਹਿੰਦਾ 80,000 ਰੁਪਇਆ ਲੱਗਦਾ ਮੇਰੇ ਵੀਰੇ 80,000 ਓ ਬਾਈ ਜੀ ਵੀ ਕਢਾ ਤੀ ਕਹਿੰਦੇ ਲਾਟਾਂ ਪੂਰੀਆਂ ਕਢਾ ਰੱਖੀਆਂ ਨੇ ਚੱਲੀਏ ਫਿਰ ਘਰ ਨੂੰ ਆਪਾਂ ਚਲੋ ਚੱਲੀ ਸ਼ਿਆਂਗਾ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਚੱਲਦੇ ਹਾਂ ਆਪਾਂ ਘਰ ਨੂੰ ਕਹਿੰਦਾ ਪੂਰੀ ਵਾਹ ਕੇ ਆਉਣਗੇ ਖੇਤ ਇਹਦੀ ਟੈਂਕੀ ਭਰੀ ਹੋਈ ਆ ਫੁੱਲ ਲਾ ਕੇ ਆਉਣੀ ਆ ਕਹਿੰਦਾ 92 ਰੁਪਏ ਹੋ ਗਿਆ ਮੇਰੇ ਵੀਰੇ 92 ਰੁਪਏ ਕਹਿੰਦੇ ਜੱਟਾਂ ਦੀ ਜੀਭ ਕਢਾ ਦਿੱਤੀ ਟਰੈਕਟਰ ਨੇ ਜੱਟਾਂ ਦੀ ਜੀਭ ਡੀਜ਼ਲ ਨੇ ਆਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਅਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਰਦੇ ਹਾਂ ਆਪਾਂ ਵੀਡੀਓ ਦਾ ਇੱਥੇ ਐਂਡ ਜੀ ਮਿਲਾਂਗੇ ਹੁਣ ਤੁਹਾਨੂੰ ਨੈਕਸਟ ਬਲੌਗ ਰਾਹੀਂ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ